ਪੰਜਾਬ ਦੇ ਵਿੱਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈਂਦੀਆਂ ਪਈਆਂ। ਇਸੇ ਤਰ੍ਹਾਂ ਦੀ ਘਟਨਾ ਸਮਰਾਲਾ ਦੇ ਵਿੱਚ ਸਾਹਮਣੇ ਆਈ, ਜਿੱਥੇ ਪਾਣੀ ਵਾਲੀ ਟੈਂਕੀ ਨਜ਼ਦੀਕ 84 ਪੌੜੀਆਂ ਵਾਲਾ ਮੰਦਿਰ ਤੇ ਮਿਲੀ ਇਹ ਵੀਡੀਓ ਹੈ, ਜਦੋਂ ਇੱਕ ਲੜਕੀ ਮੋਬਾਈਲ ਤੇ ਗੱਲ ਕਰਦੀ ਹੋਈ ਆਪਣੇ ਘਰ ਵੱਲ ਨੂੰ ਆ ਰਹੀ ਹੈ ਤਾਂ ਇੱਕ ਨਸ਼ੇੜੀ ਲੜਕੇ ਵੱਲੋਂ ਉਸ ਲੜਕੀ ਦਾ ਮੋਬਾਈਲ ਖੋਹ ਕੇ ਦੌੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਮੁਹੱਲਾ ਵਾਸੀਆਂ ਨੇ ਪਿੱਛਾ ਕਰਦਿਆਂ ਫੜ ਲਿਆ। ਇਹ ਵੀਡੀਓ CCTV ਤੁਸੀਂ ਦੇਖ ਸਕਦੇ ਹੋ, ਜਿਸ ਦੇ ਵਿੱਚ ਮੁਹੱਲਾ ਵਾਸੀਆਂ ਵੱਲੋਂ ਉਸ ਨਸ਼ੇੜੀ ਲੜਕੇ ਨੂੰ ਜੰਮ ਕੇ ਕੁੱਟਿਆ ਗਿਆ। ਜਦੋਂ ਉਸ ਲੜਕੇ ਤੋਂ ਮੁਹੱਲਾ ਵਾਸੀਆਂ ਨੇ ਪੁੱਛਿਆ ਤਾਂ ਉਸਦੇ ਵੱਲੋਂ ਕੀ ਆਖਿਆ ਗਿਆ ਹੈ, ਪੀੜਤ ਲੜਕੀ ਅਤੇ ਮੁਹੱਲਾ ਵਾਸੀਆਂ ਨੇ ਪੂਰੀ ਜਾਣਕਾਰੀ ਸਪਸ਼ਟ ਖੁੱਲ੍ਹ ਕੇ ਦੱਸੀ। ਮੈਂ ਜੋਬ ਤੋਂ ਘਰ ਜਾ ਰਹੀ ਸੀਗੀ ਅਤੇ ਰੋਡ 'ਤੇ ਇੱਕ ਮੁੰਡਾ ਮੇਰਾ ਫੋਨ ਖੋ ਕੇ ਲੈ ਗਿਆ ਵਾ। ਕਿੱਥੇ ਕੰਮ ਕਰਦੇ ਹੋ? ਮੈਂ ਜੀ PNB ਬੈਂਕ ਵਿੱਚ ਹਾਂ। ਬੈਂਕ ਤੋਂ ਨਾ ਕਾਲ ਚੱਲ ਰਹੀ ਸੀ, ਵੈਬਐਕਸ ਕਾਲ ਹੁੰਦੀ ਆ, ਮੀਟਿੰਗ ਹੁੰਦੀ ਆ, ਤੇ ਮੈਂ ਉਹ ਅਟੈਂਡ ਕਰਦੀ ਆ ਰਹੀ ਸੀਗੀ। ਨਹੀਂ, ਗੱਲ ਵੀ ਨਹੀਂ ਕਰ ਰਹੀ ਸੀ, ਜਸਟ ਫੜਿਆ ਹੋਇਆ ਸੀਗਾ, ਪੈਦਲ ਸੀਗਾ ਸਰ, ਪੈਦਲ ਸੀਗਾ। ਪਕੜਿਆ ਤਾਂ ਇਹ ਅੰਕਲ ਉਹਨਾਂ ਨੇ ਹੈਗਾ ਤੇ ਹਾਂਜੀ ਹਾਂਜੀ ਮੌਕੇ ਤੇ ਫੜ ਲਿਆ ਜੀ। ਕਿੱਥੇ ਦਾ ਰਹਿਣੇ ਵਾਲਾ ਪਤਾ ਲੱਗਿਆ ਜੀ ਨੇ ਮੋਬਾਈਲ? ਨਹੀਂ, ਮੈਂ ਨਹੀਂ ਮਿਲੀ ਆ ਉਹਨਾਂ ਨੂੰ, ਅੰਕਲ ਉਹਨਾਂ ਨੂੰ ਪਤਾ ਹੋਇਆ। ਕਿਵੇਂ ਦੇਖਦੇ ਹੋ ਦਿਨ ਦੇ ਹੜੇ ਆ ਜਿਹੜੀ ਇਹ ਘਟਨਾ ਵਾਪਰੀ ਆ? ਹਾਂਜੀ, ਬਹੁਤ ਜ਼ਿਆਦਾ ਇਨਵਾਇਰਮੈਂਟ ਖਰਾਬ ਹੈਗਾ, ਇਹਦੇ ਲਈ ਕੁਛ ਕਰਨਾ ਚਾਹੀਦਾ ਹੈ, ਹੈ ਨਾ, ਗਵਰਨਮੈਂਟ ਨੂੰ। ਹਾਂਜੀ, ਆਏ ਹੋਏ ਆ ਪੁਲਿਸ ਵਾਲੇ ਆਏ ਹੋਏ। ਹਾਂਜੀ ਹਾਂਜੀ, ਬਹੁਤ ਹੋ ਰਹੀਆਂ ਸਰ। ਯੈਸ ਸਰ, ਹਾਂਜੀ ਹਾਂਜੀ, ਇਸਦੇ ਰਿਗਾਰਡਿੰਗ ਮੈਂ ਇਹੀ ਕਹੂੰਗੀ ਕਿ ਇਸਦੇ ਲਈ ਆਪਾਂ ਨੂੰ ਕੁਛ ਐਕਸ਼ਨ ਲੈਣਾ ਚਾਹੀਦਾ ਸਟਰੋਂਗਲੀ, ਤਾਂ ਕਿ ਕਿਸੇ ਹੋਰ ਨਾਲ ਇਹ ਚੀਜ਼ ਹੋਵੇ, ਇਹ ਕਹਿਣਾ ਚਾਹੂੰਗੀ। ਫੋਨ ਫੜਿਆ ਹੋਇਆ ਸੀਗਾ, ਇਧਰੋਂ ਇੱਕ ਆਇਆ ਸਮੈਕੀਆ ਜਿਹਾ, ਉਹਨਾਂ ਨੇ ਉਹਦੇ ਉੱਤੋਂ ਫੋਨ ਖੋਇਆ, ਉਹ ਭੱਜ ਲਿਆ ਉਧਰ ਨੂੰ। ਪਿੱਛੇ ਉਰੇ ਮੇਰੇ ਡੈਡੀ ਬਾਹਰ ਬੈਠੇ ਸੀਗੇ, ਉਹ ਚਾਹ ਪੀ ਰਹੇ ਸੀਗੇ, ਉਹਨਾਂ ਨੇ ਸਕੂਟਰੀ ਚੱਕੀ, ਇੱਕ ਦੋ ਜਾਣੇ ਹੋਰ ਬੈਠੇ ਸੀ, ਉਹ ਸਾਰੇ ਜਾਣੇ ਚਲੇ ਗਏ, ਇਹਨਾਂ ਨੇ ਬਜ਼ੁਰਗਾਂ ਨੇ ਫੜ ਲਿਆ ਫਿਰ ਉਹ, ਤੇ ਹੁਣ ਉਹ ਫੜਿਆ ਸੀਗਾ ਤੇ ਥਾਣੇ SHO ਸਾਹਿਬ ਨੂੰ ਫੋਨ ਕਰਤਾ ਸੀਗਾ ਤੇ ਉਹ ਉਹਨਾਂ ਨੂੰ ਲੈ ਗਏ ਅਵਤਾਰ ਚੰਦ ਜੀ SI, ਉਹ ਲੈ ਗਏ ਉਹਨਾਂ ਨੂੰ ਥਾਣੇ ਜੀ। ਦਿਨ ਬ ਦਿਨ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਕਿਵੇਂ ਦੇਖਦੇ ਵੀਰੇ? ਬਹੁਤ ਵਾਰਦਾਤਾਂ ਹੋ ਰਹੀਆਂ ਨੇ ਮੁਹੱਲੇ ਦੇ ਵਿੱਚ, ਚੋਰੀਆਂ ਬਹੁਤ ਵੱਧ ਰਹੀਆਂ ਨੇ, ਪਹਿਲਾਂ ਵੀ ਅਸੀਂ ਇੱਕ ਦੋ ਵਾਰ ਜਾਣ ਕੇ ਕੰਪਲੇਂਟਾਂ ਦਿੱਤੀਆਂ ਨੇ, ਬਹੁਤ ਚੋਰੀਆਂ ਹੋ ਰਹੀਆਂ ਨੇ ਜੀ, ਇਹ ਨਸ਼ੇ ਵਾਲਿਆਂ ਦਾ ਬਹੁਤ ਜ਼ਿਆਦਾ ਹੋ ਰਿਹਾ, ਨਸ਼ੇ ਕਰਕੇ ਹੋ ਰਿਹਾ ਜੀ। ਪਤਾ ਲੱਗਿਆ ਮੁੰਡਾ ਕਿੱਥੇ ਦਾ ਰਹਿਣੇ ਵਾਲਾ ਸੀ? ਇਹ ਕਦੇ ਖੰਨੇ ਦਾ ਕਹਿ ਦਿੰਦਾ ਜੀ, ਠੀਕ ਆ, ਕਦੇ ਰਾਜੇ ਵਾਲਾ ਦਾ ਕਹਿ ਦਿੰਦਾ, ਕਦੇ ਕੁੱਲੇ ਵਾਲਾ ਦਾ ਕਹਿ ਦਿੰਦਾ, ਪਤਾ ਨਹੀਂ ਲੱਗਦਾ ਜੀ ਕੀ ਸੱਚ ਆ, ਪਰ ਨਸ਼ੇ ਕਰਕੇ ਹੋ ਰਿਹਾ, ਜੋ ਕੁਛ ਵੀ ਹੋ ਰਿਹਾ, ਬਹੁਤ ਉਰੇ ਚੋਰੀਆਂ ਹੋ ਰਹੀਆਂ ਨੇ, ਬਹੁਤ ਫੋਨ ਖੋਏ ਜਾ ਰਹੇ। ਹਾਂਜੀ, ਜਿਹੜੇ ਪਹਿਲਾਂ